ਅੱਜ ਕੱਲ੍ਹ ਇੰਨੀ ਨੈਗੇਟਿਵਿਟੀ ਇਕੱਠੀ ਹੋ ਗਈ ਇਨਸਾਨ ਦੇ ਅੰਦਰ ਕਿ ਉਹ ਆਪਣੇ ਨੂੰ ਆਪਣਾ ਹੀ ਨਹੀਂ ਸਮਝਦਾ, ਉਹ ਉਹਨੂੰ ਇਹ ਨਹੀਂ ਪਤਾ ਕਿ ਇਨਸਾਨੀਅਤ ਕੀ ਹੈ, ਜਾਂ ਫਿਰ ਉਹ ਝੂਠੇ ਕਹਿ ਲਓ ਜਾਂ ਅਡੰਬਰਾਂ ਦੇ ਵਿੱਚ ਹੀ ਉਲਝ ਜਾ ਪਿਆ। ਅਤੇ ਮੇਰੀ ਕਲਾ ਦੁਆਰਾ, ਮੇਰੀ ਲਿਖਤਾਂ ਦੁਆਰਾ ਮੈਂ ਉਹਨਾਂ ਨੂੰ ਇਸ ਚੀਜ਼ ਤੋਂ ਬਾਹਰ ਕੱਢਣਾ ਚਾਹੁੰਦਾ। ਹਾਲਾਂਕਿ ਬਹੁਤ ਕਲਾਕਾਰ ਹੋਰ ਕੋਸ਼ਿਸ਼ ਕਰ ਰਹੇ ਨੇ, ਜਾਂ ਸਾਡੇ ਗੁਰਬਾਣੀ ਹੈ ਜਾਂ ਧਰਮ ਨੇ, ਇਹਨਾਂ ਦੇ ਦੁਆਰਾ ਵੀ ਮਤਲਬ ਕਿ ਕੋਸ਼ਿਸ਼ ਹੋ ਚੁੱਕੀ ਹੈ, ਪਰ ਇਨਸਾਨੀਅਤ ਨੂੰ ਸਮਝਣਾ ਔਖਾ ਹੈ ਕਿ ਮੈਂ ਚਾਹੁੰਦਾ ਕਿ ਉਸ ਰਹੱਸ 'ਚੋਂ ਮੈਂ ਬਾਹਰ ਕੱਢ ਸਕਾਂ ਆਪਣੀ ਕਲਾ ਨਾਲ। ਮੇਰਾ ਨਾਮ ਸਰਬਜੀਤ ਸਿੰਘ ਹੈ ਅਤੇ ਮੇਰੇ ਫਾਦਰ ਸਾਹਿਬ ਟੀਚਰ ਸੀਗੇ ਜੋ ਕਿ ਪਿੰਡ ਤੋਂ ਪਟਿਆਲੇ ਸ਼ਿਫਟ ਹੋ ਗਏ, ਅਤੇ ਮੇਰਾ ਜੱਦੀ ਪਿੰਡ ਹੈ ਜੋ ਰਾਣੀ ਮਾਜਰਾ, ਪਰ ਮੇਰਾ ਜਨਮ ਹੈ ਜੋ ਫਤਿਹਗੜ੍ਹ ਸਾਹਿਬ ਦੇ ਚਤਰਪੁਰਾ ਪਿੰਡ ਦਾ। ਪਲੱਸ ਟੂ ਤੋਂ ਬਾਅਦ ਜਦੋਂ ਕਿ ਪੇਰੈਂਟਸ ਸੋਚਦੇ ਨੇ ਕਿ ਅੱਗੇ ਫਿਊਚਰ ਦੇ ਵਿੱਚ ਕੀ ਕਰਾਇਆ ਜਾਵੇ, ਤਾਂ ਸਾਡੇ ਕਿਸੇ ਰਿਸ਼ਤੇਦਾਰ ਨੇ ਸੁਜੈਸਟ ਕੀਤਾ ਕਿ ਇਸ ਨੂੰ ਆਰਟ ਐਂਡ ਕ੍ਰਾਫਟ ਕਰਵਾ ਦਿਉ, ਕਿਉਂਕਿ ਪੇਰੈਂਟਸ ਨੂੰ ਹੁੰਦਾ ਕਿ ਜੋਬ ਮਿਲ ਜਾਏ ਜਲਦੀ, ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਸਾਰੇ ਇਸ ਚੀਜ਼ ਪਿੱਛੇ ਸ਼ਾਇਦ ਭੱਜ ਰਹੇ ਨੇ। ਫਿਰ ਉਹ ਸਬੱਬ ਬਣਿਆ ਕਿ ਕਲਾ ਵੱਲ ਆਉਣ ਦਾ। ਹਾਲਾਂਕਿ ਉਸ ਤੋਂ ਪਹਿਲਾਂ ਵੀ ਕਲਾ ਕੀਤੀ ਸੀ, ਪਰ ਉਸ ਤਰੀਕੇ ਨਾਲ ਸਮਝ ਨਹੀਂ ਸੀ ਪਾਏ ਕਲਾ ਨੂੰ ਕੀ ਆ। ਫਿਰ ਆਰਟ ਐਂਡ ਕ੍ਰਾਫਟ ਤੋਂ ਬਾਅਦ ਗ੍ਰੈਜੂਏਸ਼ਨ ਕੀਤੀ, ਬੀ ਐਡ ਕੀਤੀ, ਫਿਰ ਐੱਮ ਏ ਇਨ ਫਾਈਨ ਆਰਟਸ ਕੀਤੀ, ਫਿਰ ਹੁਣ ਪੀ ਐੱਚ ਡੀ ਕਰ ਰਹੇ ਹਾਂ। ਅਤੇ ਇਸ ਦੌਰਾਨ ਜੋ ਸਫ਼ਰ ਸੀ ਕਲਾ ਦਾ, ਉਹ ਸਮਝਿਆ ਕਿ ਕਲਾ ਇਨਸਾਨ ਦੀ ਜ਼ਿੰਦਗੀ ਵਿੱਚ ਕੀ ਹੈ, ਅਸੀਂ ਕਲਾ ਦੁਆਰਾ ਦੂਜਿਆਂ ਲਈ ਕੀ ਕਰ ਸਕਦੇ ਹਾਂ। ਫਿਰ ਇਹ ਸਫ਼ਰ ਹੈ ਜੋ ਹੁਣ ਵੀ ਜਾਰੀ ਹੈ, ਇਹ ਰੰਗਾਂ ਅਤੇ ਰੇਖਾਵਾਂ ਨਾਲ, ਜਾਂ ਮੇਰੀ ਫੋਟੋਗ੍ਰਾਫੀ ਨਾਲ, ਜਾਂ ਕਵਿਤਾਵਾਂ ਦੇ ਨਾਲ, ਮੇਰਾ ਮਤਲਬ ਕਿ ਆਪਣਾ ਅੰਦਰ ਜੋ ਲੋਕਾਂ ਸਾਹਮਣੇ ਆ ਜਾਂਦਾ ਹੈ। ਮੇਰੀ ਲਿਖਤਾਂ, ਮੇਰੀ ਪੇਂਟਿੰਗ ਜਾਂ ਮੇਰੀ ਫੋਟੋਗ੍ਰਾਫੀ, ਅਤੇ ਮੇਰੇ ਉਹਦੇ ਵਿੱਚ ਮੇਰੇ ਰਿਸ਼ਤੇ ਜ਼ਰੂਰ ਆਉਂਦੇ ਨੇ, ਚਾਹੇ ਉਹ ਰਿਸ਼ਤਾ ਮੇਰੀ ਮੁਹੱਬਤ ਨਾਲ ਆ, ਜਾਂ ਕੁਦਰਤ ਨਾਲ ਆ, ਜਾਂ ਮਾਂ ਬਾਪ ਨਾਲ ਆ, ਅਤੇ ਉਹ ਮੇਰੇ ਉਹਨਾਂ ਦੇ ਵਿੱਚ ਦਿਖੇਗਾ। ਅਤੇ ਮੈਂ ਐਬਸਟ੍ਰੈਕਟ ਸਟਾਈਲ ਦੇ ਵਿੱਚ ਕਰਦਾ ਪੇਂਟਿੰਗ, ਹਾਲਾਂਕਿ ਮੈਂ ਫੋਟੋਗ੍ਰਾਫੀ ਸਟਰੀਟ ਫੋਟੋਗ੍ਰਾਫੀ ਵੀ ਕਰ ਲੈਂਦਾ, ਪਰ ਐਬਸਟ੍ਰੈਕਸ਼ਨ ਵੱਲ ਮੇਰਾ ਮੇਨ ਮੁੱਦਾ, ਐਬਸਟ੍ਰੈਕਸ਼ਨ ਦੇ ਥਰੂ ਹੀ ਮੈਂ ਜਾਂਦਾ। ਇੱਕ ਮੈਂ ਪੇਂਟਿੰਗ ਬਣਾਈ ਸੀ ਕਿ ਵਿਆਹ ਤੋਂ ਬਾਅਦ ਜਦੋਂ ਇੱਕ ਮਤਲਬ ਔਰਤ ਸਾਡੀ ਜ਼ਿੰਦਗੀ ਦੇ ਵਿੱਚ ਆਉਂਦੀ ਹੈ, ਤਾਂ ਉਸਦੇ ਉੱਤੇ ਇੱਕ ਪੇਂਟਿੰਗ ਬਣਾਈ ਕਿ ਦੋ ਫੇਸ ਨੇ ਐਬਸਟ੍ਰੈਕਟ, ਕਿ ਉਹਨਾਂ ਨੂੰ ਪਹਿਚਾਣਨਾ ਮੁਸ਼ਕਿਲ ਹੈ ਕਿ ਕੌਣ ਨੇ। ਉਹਦੇ ਵਿੱਚ ਇੱਕ ਮੇਰੀ ਵਾਈਫ ਦਾ ਫੇਸ ਹੈ, ਇੱਕ ਮੇਰਾ ਹੈ, ਕਿ ਐਬਸਟ੍ਰੈਕਟ ਨੇ ਦੋਵੇਂ, ਦੋਵੇਂ ਇੱਕ ਦੂਜੇ ਨਾਲ ਕਿਵੇਂ ਕੋਰਿਲੇਟਡ ਨੇ, ਜਾਂ ਕਿਵੇਂ ਦੂਰ ਨੇ, ਜਾਂ ਕਿਵੇਂ ਨੇੜੇ ਨੇ, ਉਹ ਚੀਜ਼ ਮੈਂ ਦਿਖਾਉਣ ਦੀ ਕੋਸ਼ਿਸ਼ ਕੀਤੀ ਆ। ਉਹਦੇ ਵਿੱਚ ਇੱਕ ਮੈਂ ਫਿਸ਼ ਐਡ ਕੀਤੀ ਆ ਕਿ ਫਿਸ਼ ਦੀ ਜ਼ਿੰਦਗੀ ਕਿਵੇਂ ਬਦਲਦੀ ਆ, ਉਹ ਪਲ ਪਲ ਮੋੜ ਕੱਟਦੀ ਆ, ਕਿ ਉਵੇਂ ਹੀ ਸਾਡੀ ਜ਼ਿੰਦਗੀ ਹੈ ਕਿ ਕਿਵੇਂ ਨਾ ਕਿਵੇਂ ਅਸੀਂ ਉਹਨੂੰ ਕਿਵੇਂ ਚਲਾਉਣਾ ਹੈ ਜਾਂ ਕਿਵੇਂ ਚੱਲ ਰਹੀ ਹੈ। ਇਹਨੂੰ ਪਰਸਨਲ ਤੌਰ 'ਤੇ ਇੱਕ ਤਰ੍ਹਾਂ ਜਿਵੇਂ ਆਮਦ ਹੋ ਜਾਂਦੀ ਆ, ਜਾਂ ਕੋਈ ਕਈ ਵਾਰ ਕੋਈ ਕੰਨ ਦੇ ਵਿੱਚ ਇਹੋ ਜਿਹਾ ਸ਼ਬਦ ਪੈ ਜਾਵੇ ਕਿ ਜੋ ਸਾਨੂੰ ਸੋਚਣ 'ਤੇ ਮਜਬੂਰ ਕਰ ਦੇਵੇ, ਜਾਂ ਕੋਈ ਇਹੋ ਜਿਹਾ ਦ੍ਰਿਸ਼ ਮਿਲ ਜਾਵੇ ਕਿ ਜਿਸ ਵਾਰ ਅਸੀਂ ਸੋਚਦੇ ਹਾਂ ਇਹ ਕਿਉਂ ਹੈ ਜਾਂ ਕਿਵੇਂ ਹੈ, ਫਿਰ ਉਸਨੂੰ ਜਾਂ ਤਾਂ ਕਵਿਤਾ ਦੇ ਵਿੱਚ ਘੜਿਆ ਜਾਂਦਾ, ਜਾਂ ਫਿਰ ਰੰਗਾਂ ਦੇ ਦੁਆਰਾ। ਅਤੇ ਮਤਲਬ ਪਹਿਲਾਂ ਕੋਸ਼ਿਸ਼ ਹੁੰਦੀ ਹੈ ਕਿ ਰੰਗਾਂ ਦੁਆਰਾ ਜੇ ਅਸੀਂ ਘੜੀਏ, ਤਾਂ ਤਰ੍ਹਾਂ ਤਰ੍ਹਾਂ ਦੇ ਕੋਈ ਜਿਵੇਂ ਕੋਈ ਸ਼ਬਦ ਪੈ ਗਿਆ ਕੰਨਾਂ ਦੇ ਵਿੱਚ, ਤਾਂ ਉਹਦੇ ਰੂਪ ਬਣਨੇ ਸ਼ੁਰੂ ਹੋ ਜਾਂਦੇ ਨੇ। ਫਿਰ ਜ਼ਿਆਦਾਤਰ ਮੈਂ ਸੁਪਨਿਆਂ ਦੇ ਪੇਂਟ ਕਰਦਾ ਕਿ ਜਿਵੇਂ ਮੈਨੂੰ ਸੁਪਨਾ ਆਇਆ, ਤਾਂ ਸੁਪਨਾ ਕਿਉਂਕਿ ਸੁਪਨਾ ਆ ਕੇ ਭੁੱਲ ਜਾਂਦਾ, ਫਿਰ ਉਹ ਭੁੱਲੀ ਹੋਈ ਕਹਾਣੀ ਨੂੰ ਕਿਵੇਂ ਜੋੜਨਾ, ਉਹ ਮੇਰਾ ਅਚੇਤ ਅਤੇ ਅਚੇਤ ਮਨ ਮਿਲ ਕੇ ਕਰਦੇ ਨੇ ਕੈਨਵਸ 'ਤੇ ਸਾਕਾਰ। ਫੋਟੋਗ੍ਰਾਫੀ ਜਦੋਂ ਮੈਂ ਕਾਲਜ 'ਚ ਪੜ੍ਹਦਾ ਸੀ ਬੀ ਐਡ ਦੇ ਵਿੱਚ, ਤਾਂ ਕਾਲਜ ਦਾ ਕੈਮਰਾ ਸੀ, ਅਤੇ ਉਹ ਕਾਲਜ ਦਾ ਕੈਮਰਾ ਕਿਸੇ ਤਰੀਕੇ ਨਾਲ ਮੇਰੇ ਨਾਲ ਮੇਰੇ ਤੱਕ ਪਹੁੰਚਿਆ, ਤਾਂ ਕਾਲਜ ਦੇ ਵਿੱਚ ਹੋਣ ਵਾਲੇ ਫੰਕਸ਼ਨਾਂ ਦੇ ਵਿੱਚ ਫੋਟੋਗ੍ਰਾਫੀ ਕਰਦੇ ਸੀ, ਤਾਂ ਹੌਲੀ ਹੌਲੀ ਉਹਨੂੰ ਐਜ਼ ਏ ਕਲਾਕਾਰ ਮੈਂ ਦੇਖਣ ਲੱਗ ਗਿਆ ਕਿ ਕੈਮਰੇ ਦੀ ਅੱਖ ਨਾਲ ਦੁਨੀਆ ਕਿਵੇਂ ਦੀ ਆ। ਇੱਕ ਤਾਂ ਸੀਗਾ ਕਿ ਪੇਂਟਿੰਗ ਦਾ ਇਹ ਸੀਗਾ ਕਿ ਜੋ ਅਸੀਂ ਸੋਚਿਆ ਥੋਟ ਆ ਉਹਨੂੰ ਸਵੀਕਾਰ ਕਰਨਾ, ਫਿਰ ਕੈਮਰੇ ਦੀ ਅੱਖ ਨਾਲ ਇੱਕ ਵੱਖਰੀ ਹੀ ਦੁਨੀਆ ਦੇਖਣ ਨੂੰ ਮਿਲਦੀ ਆ। ਜਿੰਨਾ ਅਸੀਂ ਐਬਸਟ੍ਰੈਕਟ ਫੋਰਮਸ ਕੀ ਨੇ, ਕਿ ਜਿੰਨਾ ਅਸੀਂ ਸੂਖਮਤਾ ਨਾਲ ਅੱਗੇ ਵੱਧਦੇ ਜਾਵਾਂਗੇ, ਜਿੰਨਾ ਅਸੀਂ ਕੈਮਰੇ ਦੀ ਭਾਸ਼ਾ ਦੇ ਜ਼ੂਮ ਕਹਿ ਦਿੰਦੇ ਹਾਂ, ਕਿ ਉਹ ਇੱਕ ਰਹੱਸਵਾਦ ਜਿਹਦੇ ਵਿੱਚ ਰਹੱਸ ਹੋਵੇ, ਅਣਸੁਲਝੀਆਂ ਬੁਝਾਰਤਾਂ ਹੋਣ, ਉਹਨਾਂ ਨੂੰ ਸੁਲਝਾਉਣਾ, ਮੇਰੇ ਲਈ ਉਹ ਫੋਟੋਗ੍ਰਾਫੀ ਆ। ਫਿਰ ਜਦੋਂ ਮੈਂ ਐੱਮ ਏ ਤੋਂ ਬਾਅਦ ਯੂ ਜੀ ਸੀ ਨੈੱਟ ਜੇ ਆਰ ਐੱਫ ਕੁਆਲੀਫਾਈਡ ਕੀਤਾ, ਤਾਂ ਇੰਟਰਵਿਊ ਦੇ ਵਿੱਚ ਆਇਆ, ਫਿਰ ਇੱਥੋਂ ਮਤਲਬ ਸੋਚਿਆ ਕਿ ਫੋਟੋਗ੍ਰਾਫੀ ਵਿਸ਼ਾ ਰੱਖਿਆ ਜਾਵੇ ਇਹਦਾ, ਫਿਰ
ਵਿਸ਼ੇ ਬਾਰੇ ਸੋਚਿਆ ਤਾਂ ਫਿਰ ਮਹਾਰਾਜਾ ਆਫ ਪਟਿਆਲਾ ਦੇ ਜਿਹੜੇ ਪੋਰਟਰੇਟ ਨੇ ਉਹ ਬੜੀ ਖਿੱਚ ਦਾ ਕੇਂਦਰ ਸੀਗੇ ਕਿਉਂਕਿ ਪਟਿਆਲੇ ਦੇ ਵਿੱਚ ਜੰਮੇ ਪਲੇ ਹਾਂ, ਇੱਥੇ ਦੇਖਦੇ ਸੀ ਕਿਲੇ ਮਹਿਲ, ਸੁਣਦੇ ਸੀ ਕਿ ਇੱਥੇ, ਮੈਂ ਸੋਚਦਾ ਹੁੰਦਾ ਕਿ ਮਤਲਬ ਉਸ ਟਾਈਮ ਕਿੱਦਾਂ ਦਾ ਮਾਹੌਲ ਹੋਵੇਗਾ ਕਿਲੇ ਦੇ ਆਲੇ ਦੁਆਲੇ ਹੁਣ ਤਾਂ ਕਿਉਂਕਿ ਬਹੁਤ ਲੋਕ ਵੱਸ ਗਏ। ਫਿਰ ਉਹ ਸੋਚ ਸੀ ਜਿਹੜੀ ਮੈਨੂੰ ਫੋਟੋਗ੍ਰਾਫੀ ਵੱਲ ਇਸ ਵਿਸ਼ੇ ਵੱਲ ਖਿੱਚ ਲਈ ਕਿ ਹੁਣ ਮੈਂ ਜੋ ਮੇਰਾ ਫੋਟੋਗ੍ਰਾਫੀ ਦੇ ਵਿਸ਼ਾ ਹੈ ਉਹ ਕਿਹਾ ਹੈ ਕਿ ਫੋਟੋਗ੍ਰਾਫੀ ਆਫ ਪਟਿਆਲਾ ਹੈਰੀਟੇਜ ਟੈਕਨੀਕ ਐਂਡ ਅਸਥੈਟਿਕਸ, ਕਿ 19ਵੀਂ ਅਤੇ 20ਵੀਂ ਸਦੀ ਦੇ ਵਿੱਚ ਮਹਾਰਾਜਾ ਆਫ ਪਟਿਆਲਾ ਦੇ ਜਿਹੜੀ ਫੋਟੋਗ੍ਰਾਫੀ ਹੋਈ ਆ ਉਸ ਦੇ ਵਿੱਚ ਕਲਾ ਕੀ ਹੈ ਅਤੇ ਕਲਾਕਾਰ ਨੇ ਜੋ ਉਸ ਟਾਈਮ ਫੋਟੋਗ੍ਰਾਫੀ ਕਰ ਰਹੇ ਸੀ ਉਹਨਾਂ ਦਾ ਕੀ ਸੋਚ ਹੋਵੇਗੀ ਕਿ ਇੱਕ ਰਾਜੇ ਦੀ ਜਦੋਂ ਫੋਟੋ ਖਿੱਚਣੀ ਆ ਉਹਨਾਂ ਦੇ ਜਹਿਨ ਦੇ ਵਿੱਚ ਕੀ ਚੱਲ ਰਿਹਾ ਹੋਵੇਗਾ ਉਸ ਟਾਈਮ, ਮੈਂ ਉਹ ਸੋਚਣ ਦੀ ਕੋਸ਼ਿਸ਼ ਕਰਨਾ। ਪਰ ਹੁਣ ਜਿਵੇਂ ਰਿਸ਼ਤਿਆਂ 'ਤੇ ਲਿਖਦਾ ਤਾਂ ਮੁਹੱਬਤ ਦੇ ਵਿੱਚ ਇਹ ਹੈ ਕਿ ਮਿਲਣਾ ਅਤੇ ਵਿਛੜਨਾ ਇਹ ਦੋਵੇਂ ਹੀ ਜ਼ਰੂਰੀ ਨੇ, ਕਿ ਜਦੋਂ ਤੱਕ ਚਾਹੇ ਉਹ ਇੱਕ ਪਲ ਦਾ ਵਿਛੋੜਾ ਹੋਵੇ ਜਾਂ ਜ਼ਿਆਦਾ ਦੇਰ ਦਾ ਹੋਵੇ, ਤੁਹਾਨੂੰ ਉਦੋਂ ਤੱਕ ਮਿਲਣ ਦੀ ਅਹਿਮੀਅਤ ਸਮਝ ਨਹੀਂ ਆਉਂਦੀ ਜਦੋਂ ਤੱਕ ਤੁਹਾਨੂੰ ਵਿਛੋੜੇ ਦਾ ਨਾ ਪਤਾ ਹੋਵੇ। ਤਾਂ ਇਸ ਸੰਬੰਧ ਵਿੱਚ ਮੈਂ ਇੱਕ ਲਿਖਿਆ ਕਿ ਹਿੰਦੀ 'ਚ ਲਿਖਿਆ ਕਿ ਵੋ ਸੋ ਰਹੀ ਥੀ ਮੇਰੀ ਬਗਲ ਮੇ ਆਂਖੇ ਖੁੱਲ੍ਹੀ ਹੋਈ, ਮੈਂ ਜਾਗ ਰਹਾ ਥਾ ਉਸਕੇ ਦੀਦਾਰ ਕੋ ਆਂਖ ਬੰਦ ਕਰਕੇ, ਉਸਨੇ ਸਿਲ ਲੀਏ ਅਤੇ ਹੋਠ ਅਪਣੇ ਮੁਝਸੇ ਬਾਤੇਂ ਕਰਨੇ ਕੇ ਲੀਏ, ਉਸਨੇ ਸਿਲ ਲੀਏ ਅਤੇ ਹੋਠ ਅਪਣੇ ਮੁਝਸੇ ਬਾਤੇਂ ਕਰਨੇ ਕੇ ਲੀਏ, ਮੈਨੇ ਵੀ ਸੁਣੀ ਉਸਕੀ ਹਜ਼ਾਰੋਂ ਬਾਤੇਂ ਕਾਨ ਬੰਦ ਕਰਕੇ, ਮੈਂ ਹਰ ਰੋਜ਼ ਉਸੇ ਦੇਖਤਾ ਥਾ ਉਸੇ ਮੂੰਹ ਫੇਰ ਕੇ, ਮੈਂ ਹਰ ਰੋਜ਼ ਉਸੇ ਦੇਖਤਾ ਥਾ ਉਸੇ ਮੂੰਹ ਫੇਰ ਕੇ, ਹਮ ਹਰ ਰੋਜ਼ ਕਰੀਬ ਆਤੇ ਥੇ ਦੂਰ ਬੈਠੇ ਬੈਠੇ, ਮੁਹੱਬਤ ਕੀ ਪਿਆਸ ਨਾ ਬੁਝੀ ਹਮ ਸਮੁੰਦਰ ਪੀ ਗਏ, ਮੁਹੱਬਤ ਕੀ ਪਿਆਸ ਨਾ ਬੁਝੀ ਹਮ ਸਮੁੰਦਰ ਪੀ ਗਏ, ਹਮ ਦੋਨੋਂ ਹੀ ਮਰ ਮਿਟ ਗਏ ਜ਼ਿੰਦਾ ਰਹਿਤੇ ਰਹਿਤੇ। ਐਗਜੀਬਿਸ਼ਨ ਸਭ ਤੋਂ ਪਹਿਲੇ ਮੈਂ ਜਦੋਂ ਗ੍ਰੈਜੂਏਸ਼ਨ 'ਚ ਪੜ੍ਹਦਾ ਸੀ ਜਾਂ ਉਸ ਤੋਂ ਪਹਿਲਾਂ ਆਰਟ ਐਂਡ ਕ੍ਰਾਫਟ ਕਰਦੇ ਸੀ, ਕਾਲਜਾਂ ਤੋਂ ਸ਼ੁਰੂ ਹੋਈ ਐਗਜੀਬਿਸ਼ਨ, ਫਿਰ ਪੰਜਾਬ ਲਲਿਤ ਕਲਾ ਅਕੈਡਮੀ ਚੰਡੀਗੜ੍ਹ ਦੇ ਵਿੱਚ ਗਰੁੱਪ ਸ਼ੋਅ ਲਗਾਇਆ, ਫਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਕਾਫੀ ਐਨੂਅਲ ਸ਼ੋਅ 15 ਤੋਂ 20 ਮੈਂ ਗਰੁੱਪ ਸ਼ੋਅ ਲਗਾ ਚੁੱਕਿਆ, ਅਤੇ ਇੱਕ ਸੋਲੋ ਸ਼ੋਅ ਲਗਾਇਆ, ਇੱਕ ਕਿਤਾਬਾਂ ਦੇ ਵਿੱਚ ਇਲਸਟ੍ਰੇਸ਼ਨਸ ਲਈ ਵੀ ਲਿਖਿਆ, ਜਿਵੇਂ ਇੱਕ ਸੀਗੇ ਹਰਜਿੰਦਰ ਲਾਡਵਾ ਜੀ, ਉਹਨਾਂ ਦੀ ਇੱਕ ਕਿਤਾਬ ਆਈ ਸੀ ਹਾਈਕੋ ਦੀ, ਤਾਂ ਉਹਨਾਂ ਨੇ ਅਪਰੋਚ ਕੀਤੀ ਕਿ ਉਹਨਾਂ ਲਈ ਸਕੈਚ ਚਾਹੀਦੇ ਨੇ, ਫਿਰ ਉਹ ਬਣਾ ਕੇ ਦਿੱਤੇ ਸੀ, ਉਹ ਵੀ ਪਬਲਿਸ਼ ਹੋਏ, ਅਤੇ ਐਵੇਂ ਜ਼ਿੰਦਗੀ ਚੱਲ ਰਹੀ ਆ। ਮੈਂ ਕਦੇ ਵੀ ਕਿਸੇ ਕੰਮ ਨੂੰ ਨਾ ਨਹੀਂ ਕੀਤੀ, ਚਾਹੇ ਜੇ ਅਗਲਾ ਕਹਿ ਦੇਵੇ ਕਿ ਪੈਸੇ ਨਹੀਂ ਹੈਗੇ ਜਾਂ ਫਾਈਨੈਂਸ਼ੀਅਲੀ ਹੈ, ਮੈਂ ਜਦੀ ਹਾਂ ਕਰ ਦੇਣਾ ਕਿ ਮੈਂ ਕਰਾਂਗਾ, ਮਤਲਬ ਮੈਥੋਂ ਨਾ ਹੁੰਦੀ ਨਹੀਂ। ਜੇ ਮੈਨੂੰ ਕੋਈ ਪੁੱਛੇ ਕਿ ਕਿੰਨੇ ਦੇ ਵੇਚਣੇ, ਮੈਂ ਕਹੂੰਗਾ ਕਿ ਜਿਵੇਂ ਤੁਹਾਨੂੰ ਠੀਕ ਲੱਗੇ ਹੋਵੇ, ਕਿ ਮੈਥੋਂ ਪੈਸੇ ਮੰਗੇ ਨਹੀਂ ਜਾਂਦੇ ਕਹਿ ਕੇ। ਆਉਣ ਵਾਲੇ ਟਾਈਮ ਦੇ ਵਿੱਚ ਮੈਂ ਇੱਕ ਤਾਂ ਰਿਲੇਸ਼ਨਸ਼ਿਪ ਅਤੇ ਇੱਕ ਪੇਂਟਿੰਗ ਦੀ ਸੀਰੀਜ਼ ਲੈ ਕੇ ਆਵਾਂਗਾ, ਅਤੇ ਇੱਕ ਫੋਟੋਗ੍ਰਾਫੀ ਮੈਂ ਕਰ ਰਿਹਾ ਸ਼ੈਡੋਜ਼ 'ਤੇ ਅਤੇ ਇੱਕ ਬੱਦਲਾਂ 'ਤੇ, ਕਿ ਸੂਰਜ ਚੜ੍ਹਨ ਤੋਂ ਲੈ ਕੇ ਛਿਪਣ ਤੱਕ ਬੱਦਲਾਂ 'ਤੇ ਕੀ ਪ੍ਰਭਾਵ ਪੈਂਦਾ, ਬੱਦਲ ਕਿਵੇਂ ਰੰਗ ਬਦਲਦੇ ਨੇ, ਅਤੇ ਉਹਨਾਂ ਦਾ ਰੰਗਾਂ ਦਾ ਬਦਲਣਾ ਸਾਡੇ 'ਤੇ ਕੀ ਪ੍ਰਭਾਵ ਪੈਂਦਾ, ਕਿ ਕਿਹੜੇ ਖੁਸ਼ੀ ਕਿਵੇਂ ਮਿਲਦੀ ਹੈ ਬੱਦਲਾਂ ਦੇਖ ਕੇ, ਕਿਵੇਂ ਬੱਦਲਾਂ ਦੇ ਆਕਾਰ ਜਾਂ ਉਹਨਾਂ ਦੇ ਵਿੱਚ ਅਸੀਂ ਮਤਲਬ ਆਪਣਾ ਆਪਾ ਲੱਭਣ ਲੱਗ ਜਾਂਦੇ ਹਾਂ। ਇਹ ਚਾਹੇ ਤੁਸੀਂ ਕਲਾ ਦੁਆਰਾ, ਚਾਹੇ ਲਿਖਤਾਂ ਦੁਆਰਾ, ਜਾਂ ਈਵਨ ਕਿ ਐਜੂਕੇਸ਼ਨ ਹੈ ਜਿਹੜੀ ਉਹ ਅੱਜ ਦੀ ਜ਼ਿੰਦਗੀ ਦੇ ਵਿੱਚ ਬਹੁਤ ਅਹਿਮ ਹੈ, ਚਾਹੇ ਤੁਹਾਡਾ ਪ੍ਰੋਫੈਸ਼ਨਲ ਪੱਖ ਹੋਵੇ ਜਾਂ ਤੁਹਾਡੀ ਆਪਣੀ ਡਿਵੈਲਪਮੈਂਟ ਹੋਵੇ, ਅਤੇ ਐਜੂਕੇਸ਼ਨ ਦੇ ਨਾਲ ਜੁੜ ਕੇ ਮਤਲਬ ਵਧੀਆ ਕਿਤਾਬਾਂ ਨਾਲ ਜੁੜ ਕੇ, ਵਧੀਆ ਕਵਿਤਾਵਾਂ ਪੜ੍ਹ ਕੇ, ਜਾਂ ਈਵਨ ਗੁਰਬਾਣੀ ਦੇ ਨਾਲ ਜੁੜ ਕੇ, ਉਹਦੇ ਵਿੱਚ ਹਰ ਇੱਕ ਚੀਜ਼ ਮੌਜੂਦ ਹੈ ਜੋ ਤੁਹਾਨੂੰ ਚਾਹੀਦੀ ਹੈ ਤੁਹਾਡੀ ਪੋਜ਼ਿਟਿਵਿਟੀ ਲਈ, ਤੁਹਾਡੇ ਜ਼ਿੰਦਗੀ ਜਿਉਣ ਦੇ ਢੰਗ ਨੂੰ ਸਿਖਾਉਣ ਲਈ, ਉਹ ਚੀਜ਼ਾਂ ਸਾਨੂੰ ਬਾਹਰ ਕੱਢਦੀਆਂ ਨੇ। ਕਿਉਂਕਿ ਅੱਜ ਕੱਲ੍ਹ ਹਰ ਇੱਕ ਇਨਸਾਨ ਕਦੇ ਨਾ ਕਦੇ ਇੱਕ ਇਹੋ ਜਿਹਾ ਮੋੜ ਆਉਂਦਾ ਕਿ ਜਦੋਂ ਕੁਇਟ ਕਰਨ ਦੀ ਸੋਚਦਾ, ਫਿਰ ਇਹ ਚੀਜ਼ਾਂ ਉਸ ਕੁਇਟਨੈਸ ਨੂੰ ਮੌਕਿਆਂ ਦੇ ਵਿੱਚ ਬਦਲ ਕੇ ਅਸੀਂ ਅੱਗੇ ਲੈ ਕੇ ਆਉਂਦੇ ਹਾਂ, ਕਿ ਉਹਨਾਂ ਚੀਜ਼ਾਂ ਤੋਂ ਇਸ ਤਰੀਕੇ ਨਾਲ ਬਾਹਰ ਆ ਜਾ ਸਕਦਾ, ਚਾਹੇ ਉਹ ਨਸ਼ੇ ਹੋਣ ਜਾਂ ਕਿਸੇ ਵੀ ਤਰ੍ਹਾਂ ਦੀ ਨੈਗੇਟਿਵਿਟੀ ਹੋਵੇ। ਸਭ ਤੋਂ ਛੋਟਾ ਜਿਹਾ ਆਪਾਂ ਕਿਣਕਾ ਵੀ ਕਹੀਏ, ਕਿ ਕਿਣਕਾ ਮਿੱਟੀ ਦਾ ਕਿਣਕਾ ਕਿਵੇਂ ਉੜ ਕੇ ਆਸਮਾਨ ਤੱਕ ਪਹੁੰਚ ਕੇ ਦੁਬਾਰਾ ਵਾਪਿਸ ਆਪਣੀ ਜਗ੍ਹਾ 'ਤੇ ਆ ਕੇ ਟਿਕਦਾ, ਕਿ ਉਹ ਹੈ ਕਿ ਇਨਸਾਨ ਜਿੱਥੋਂ ਪੈਦਾ ਹੋਇਆ ਉਹਨੇ ਉੱਥੇ ਹੀ ਜਾਣਾ, ਕਿ ਆਪਣੀ ਮਾਂ ਬੋਲੀ ਨਾਲ ਜਾਂ ਆਪਣੀ ਜੜ੍ਹਾਂ ਨਾਲ ਹਮੇਸ਼ਾ ਜੁੜ ਕੇ ਰਹੋ, ਇਨਸਾਨ ਨੂੰ ਇਨਸਾਨ ਸਮਝੋ, ਉਸ ਤੋਂ ਬਾਅਦ ਬਾਕੀ ਸਭ ਚੀਜ਼ਾਂ ਆਉਂਦੀਆਂ ਨੇ। ਪਹਿਲਾਂ ਇਨਸਾਨੀਅਤ ਜ਼ਰੂਰੀ ਹੈ, ਫਿਰ ਉਹ ਚਾਹੇ ਤੁਹਾਡਾ ਕੁਦਰਤ ਨਾਲ ਪਿਆਰ ਹੋਵੇ, ਪਸ਼ੂ ਪੰਛੀਆਂ ਨਾਲ ਹੋਵੇ, ਜੀਵਾਂ ਨਾਲ ਹੋਵੇ, ਅਤੇ ਇਹੀ ਮੇਰਾ ਮੇਨ ਮਕਸਦ ਹੈ ਕਿ ਲੋਕਾਂ ਤੱਕ ਆਪਣੇ ਸ਼ਬਦਾਂ ਦੁਆਰਾ, ਆਪਣੀ ਕਵਿਤਾਵਾਂ ਦੁਆਰਾ, ਆਪਣੀ ਪੇਂਟਿੰਗ ਦੁਆਰਾ ਇਹੀ ਲੈ ਕੇ ਜਾਣਾ ਚਾਹੁੰਦਾ ਅੱਗੇ, ਕਿ ਇਨਸਾਨੀਅਤ ਨੂੰ ਸਮਝਣਾ ਅਤੇ ਇਨਸਾਨ ਇਨਸਾਨ ਨੂੰ ਇਨਸਾਨ ਸਮਝਣਾ।